अस्सलाम वालेकुम, मैं तुहाड़ा भरा अदनान तुहाड़े नाल वेखो पंजाब चैनल तो। ते आज मैं तुहाड़े लई बहुत ही इंट्रस्टिंग वीडियो लैके आया। इस वीडियो च मैं तुहानू पूरा प्रोसैस विखावांगा कि गन्ना किस तरह कटदा ते गन्ने तो गुड़ तक का सफ़र किस तरह तय हुंदा। ते इहदे नाल नाल है वेखो जी गन्ने कटे जा रहे हैं, साढ़े बजुर्ग गन्ने कट भी रहे ने। एक भरा साडा गन्ने छिल रहा वढ रहा आ ते बजुर्ग छिल रहे आ। तो नाल ही आ एक पौधा ये बारे तुम मैं लाजमी दसना चाहवागा। यदि पैदावार बहुत घटती जा रही है, जेडे इन समझते उन्हीं लाते। चाचा जी आप ही उगया या ये लाया सगा बी सुटिया सी? आप बी बाजारों लभ जाता या की? अच्छा जंगल चो लैके आते हो। ये सकलाई कहलाती है जी। तो सकलाई जी गुड़ न पत्त साफ करने लिए इस्तेमाल होंगी है। तो साढ़े हूँ पत्त साफ करने लिए मिठा सोडा लाने लग पे आ, रंग काड़ लाने लग पे आ, तो वो जरा ना वो ठीक नहीं है। बजुर्गों ने थोड़ी जी गल भी करते हैं जी। अच्छा बजुर्गो अपना नाँ की है जी? मुश्ताक। तो अपने बजुर्ग इंडिया तो आए थे या इतने लोकल? इंडिया तो आए थे। किस शहर तो? अंबरसर दे। अंबरसर के पूरा होना इन्हों की जल्दी जल्दी परे करना पै रहा अगे तो ढेर ला गया। गुड़ बन रहा जी, ये असी अग शग ला रहे हैं, पत्त चला रहे हैं। अज तुम पूरी वीडियो विखाने गुड़ किवें बनता, बड़ी मेहनत होंगी है। लो जी गुड़ बिल्कुल आखिरी मरहले च तैयार होया पिया। है जी गुड़ रेडी हो गया, हम बाहर काट रहे हैं। तो तुहानू ये वीडियो किवें दी लगी? अच्छी लगी होवे तो लाइक भी करनी है, शेयर भी करनी है। तो होर थोड़े दिनों तक इंशाल्लाह असी वो मेवियां वाला गुड़ बनाना इतों, तो फिर तुहाडे नाल वो भी शेयर करांगे। सर्दियों की सौगात हुंदा जी। तो सब तो मज़ेदार चीज़ है जी, ए वेखो ए जिहड़ी इत्थे गुड़ डिग रहा ना,
ਇਹ ਜਦੋਂ ਰੋ ਪਾਣੀ ਆ ਨਵੀਂ ਤੇ ਇੱਥੇ ਬਣਨੀ ਆ ਚਾਂਟ ਜਿਹਨੂੰ ਚੀੜ ਵੀ ਕਹਿੰਦੇ ਆ ਤੇ ਉਹ ਖਾਣ ਦਾ ਬੜਾ ਹੀ ਸਵਾਦ ਆਉਂਦਾ ਤੇ ਇਹ ਨਿਆਣੇ ਜਿਹੜੇ ਨਿਗੇ ਨਿਗੇ ਨਾ ਘਰ 'ਚ ਜਿੰਨੇ ਵੀ ਹੋਣ ਤੇ ਉਹ ਚੀੜ ਖਾਣ ਲਾਜ਼ਮੀ ਆਉਂਦੇ ਆ ਇਹ ਬੱਚਾ ਸਵੇਰ ਦਾ ਕੋਈ ਅੱਧਾ ਕਿਲੋ ਗੁੜ ਖਾ ਗਿਆ ਤੇ ਸ਼ਾਮ ਨੂੰ ਇਹਨੇ ਨਾ ਆਪਣੇ ਘਰ ਜਾ ਕੇ ਸਾਰਿਆਂ ਨੂੰ ਤੰਗ ਕਰਨਾ ਤੇ ਇਹਨੂੰ ਕੁੱਟ ਵੀ ਪੈਣੀ ਆ ਆਹ ਵੇਖੋ ਜੀ ਹੁਣ ਕਿੱਡੇ ਗੌਰ ਨਾਲ ਵੇਖ ਰਿਹਾ ਵੀ ਚੀੜ ਜਿਹੜੀ ਆ ਉਹ ਲੱਭੇ ਚਾਂਟ ਜਾਂ ਚੀੜ ਜੋ ਵੀ ਕਹਿ ਲਓ ਤੇ ਉਹ ਖਾਵੇ ਹੁਣ ਦੇਖਦੇ ਹਾਂ ਇਹਦਾ ਕੀ ਬਣਦਾ ਹੁਣ ਗੰਨਾ ਲੈਣ ਜਾ ਰਿਹਾ ਜਿਹਦੇ ਉੱਤੇ ਉਹਨੇ ਲਪੇਟ ਕੇ ਚੀੜ ਲੈਣੀ ਆ ਉਹ ਗਿਆ ਜੀ ਲੱਕੜੀ ਜਾਂ ਗੰਨਾ ਲੈ ਕੇ ਆਏਗਾ ਕੋਈ ਛੋਟਾ ਮੋਟਾ ਇਹ ਲਓ ਜੀ ਇੱਕ ਪੱਤ ਨਿਕਲ ਗਈ ਆ ਨਾਲ ਹੀ ਦੂਸਰੀ ਦੀ ਰੋਹ ਜਿਹੜੀ ਉਹ ਆਉਣ ਲੱਗ ਪਈ ਵਿੱਚ ਅਤੇ ਇਹ ਜਿਹੜੀ ਹੁਣ ਛਾਣਨੀ ਦੇ ਨਾਲ ਲੱਗ ਗਈ ਉਹ ਚੀਣ ਬਣ ਗਈ ਹੈ ਇਹ ਚਾਚਾ ਜੀ ਛਾਣਨੀ ਉੱਤੇ ਚੱਕਣਾ ਜ਼ਰਾ ਇਹ ਵੇਖੋ ਜੀ ਇਹ ਚੀਣ ਬਣ ਗਈ ਨਾਲ ਅਤੇ ਇਹ ਖਾਣ ਦਾ ਵੀ ਬੜਾ ਸਵਾਦ ਆਉਂਦਾ ਅਤੇ ਤੁਸੀਂ ਕਦੀ ਵੀ ਵੇਲਣੇ 'ਤੇ ਜਾਓ ਅਤੇ ਇਹ ਲਾਜ਼ਮੀ ਖਾਇਓ ਇਹ ਪੰਜ ਪੀਪੇ ਮਤਲਬ ਕਿ 75 ਤੋਂ 80 ਲੀਟਰ ਜਿਹੜਾ ਰੋਹ ਇਹਦੇ 'ਚ ਪੈਣੀ ਹੈ ਗੰਨੇ ਦੀ ਰਸ ਫਿਰ ਇਹ ਪੱਕ ਪੱਕ ਕੇ ਅਤੇ ਇੰਨਾ ਕੁ ਨਿਕਲਣਾ ਅਤੇ ਇਹ 15 ਤੋਂ 16 ਕਿਲੋ ਸਿਰਫ ਅਤੇ ਮੈਨੂੰ ਵੀ ਇਹ ਚੀਣ ਲੱਭ ਗਈ ਹੈ ਜੀ ਅਤੇ ਮੈਂ ਖਾਣ ਲੱਗਾ ਬਹੁਤ ਹੀ ਲਾਜਵਾਬ ਟੇਸਟ ਹੈ ਮਜ਼ੇਦਾਰ ਗੁੜ ਤੋਂ ਜ਼ਿਆਦਾ ਮਜ਼ਾ ਇਹਦਾ ਹੀ ਆਉਂਦਾ ਜੀ ਅਤੇ ਵੇਲਣੇ 'ਤੇ ਜਾਓ ਤਾਂ ਇਹ ਲਾਜ਼ਮੀ ਖਾਓ ਅੱਧਾ ਹੋਰ ਪਾ ਦੇ ਸੈੱਟ ਹੋ ਰਿਹਾ ਦੋ ਤੋਂ ਤਿੰਨ ਮਿੰਟ ਇਹਨੂੰ ਇਸ ਤਰ੍ਹਾਂ ਹੀ ਹਿਲਾਇਆ ਜਾਣਾ ਤਾਂ ਕਿ ਸੈੱਟ ਹੋ ਜਾਵੇ ਇਹਦੇ ਅੰਦਰ ਥੋੜ੍ਹੀ ਹਵਾ ਮਿਕਸ ਹੋ ਜਾਵੇ ਔਰ ਜਲਦੀ ਜਲਦੀ ਠੰਡਾ ਹੋ ਜਾਵੇ ਉਹ ਜੀ ਸਕਲਾਈ ਹੈ ਜਿਹੜੀ ਸ਼ੁਰੂ 'ਚ ਵੀਡੀਓ 'ਚ ਤੁਹਾਨੂੰ ਵਿਖਾਈ ਗਈ ਸੀ ਇਹਦਾ ਇਸਤੇਮਾਲ ਕਰੋ ਰੰਗ ਕਾਢ ਘੱਟ ਪੈਂਦਾ ਅਤੇ ਗੁੜ ਜਿਹੜਾ ਸੋਹਣਾ ਨਿਕਲਦਾ ਇਹ ਬਹੁਤ ਘੱਟ ਲੋਕ ਇਸਤੇਮਾਲ ਕਰਦੇ ਆ ਸਕਲਾਈ ਅਤੇ ਕਿਉਂਕਿ ਇਹ ਲੱਭਦੀ ਨਹੀਂ ਅੱਜ ਕੱਲ੍ਹ ਉਹ ਲੋਕਾਂ ਨੇ ਗੰਨਾ ਘੱਟ ਕਰਤਾ ਅਤੇ ਉਹ ਬੀਜਦੇ ਹੀ ਨਹੀਂ ਗਏ ਇਹਦੇ ਬੀਜ ਲੱਭ ਕੇ ਲਾਉਣੇ ਪੈਂਦੇ ਆ ਲਓ ਜੀ ਗੁੜ ਨੂੰ ਫਾਈਨਲ ਲੁੱਕ ਮਿਲ ਗਿਆ ਜੀ ਕੁਛ ਇਸ ਤਰ੍ਹਾਂ ਦਾ ਹੋ ਗਿਆ ਬੜਾ ਗਰਮ ਆ ਨਾਲ ਪਾਣੀ ਦਾ ਇਸਤੇਮਾਲ ਕਰ ਰਿਹਾ ਹੱਥ ਨੂੰ ਠੰਡਾ ਰੱਖਣ ਲਈ ਲਓ ਜੀ ਗੁੜ ਮੁਕੰਮਲ ਹੋ ਗਿਆ ਅਤੇ ਉਮੀਦ ਹੈ ਤੁਹਾਨੂੰ ਵੀਡੀਓ ਵੀ ਚੰਗੀ ਲੱਗੀ ਹੋਣੀ ਹੈ
ਅਜੇ ਵੀ ਉਹ ਪਾਸ ਚੱਲਦਾ ਹਾਂ ਹੱਡਾ ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਇਹ ਚੀਜ਼ ਤੁਸੀਂ ਪਹਿਲੇ ਨਹੀਂ ਵੇਖੀ ਹੋਣੀ ਬੈਲ ਬਹੁਤ ਕੰਮ ਰਹਿ ਗਏ ਅੱਜ ਕੱਲ੍ਹ ਤਾਂ ਉਹ ਪੀਟਰ ਆ ਗਏ ਅਤੇ ਬੇਲਣਾ ਪੀਟਰ 'ਤੇ ਚੱਲਦਾ